ਸਤਿ ਸ਼੍ਰੀ ਅਕਾਲ ਜੀ, ਮੈਂ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ। ਇਸ ਵਕਤ ਆਪ ਸਭ ਨੂੰ ਪਤਾ ਹੈ, ਦੇਸ਼ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਉਹ ਲੀਡਰ, ਉਹ ਇੱਕ ਆਮ ਇਨਸਾਨ ਜਿਨੀ ਆਪਣਾ ਚੰਗਾ ਭਲਾ ਕਰੀਅਰ ਇੱਕ IRS ਅਫਸਰ ਦਾ ਛੱਡ ਕੇ ਸੜਕਾਂ ਤੇ ਗਲੀਆਂ ਤੇ ਮਿਹਨਤ ਕਰਕੇ ਇਸ ਦੇਸ਼ ਦੀ 75 ਸਾਲ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਸੀ, ਉਹ ਸ਼ਖਸ ਜਿਨੀ ਪਹਿਲੀ ਵਾਰੀ ਹਰ ਰਾਜਨੀਤਿਕ ਪਾਰਟੀ ਨੂੰ ਮਜਬੂਰ ਕੀਤਾ ਕਿ ਚੋਣਾਂ ਦੇ ਵਿੱਚ ਤੁਹਾਡਾ ਮੁੱਦਾ ਸਿੱਖਿਆ ਤੇ ਸਵਾਸਥ ਹੋਣਾ ਚਾਹੀਦਾ, ਸਿਹਤ ਤੇ ਸਿੱਖਿਆ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਕਦੀ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਇਹ ਏਜੰਡਾ ਸਕੂਲ ਤੇ ਹਸਪਤਾਲ ਨਹੀਂ ਸੀ। ਇੱਕ ਏਦਾਂ ਦੇ ਇਮਾਨਦਾਰ ਮੁੱਖ ਮੰਤਰੀ ਨੂੰ ਜਿਹਨੂੰ ਪੂਰੇ ਦੇਸ਼ ਦੇ ਵਿੱਚ ਪੂਰਾ ਦੇਸ਼ ਪਸੰਦ ਕਰਦਾ, ਹਰ ਸੂਬਾ ਕਹਿੰਦਾ ਕਿ ਸਾਡਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗਾ ਹੋਵੇ, ਆਮ ਆਦਮੀ ਪਾਰਟੀ 10 ਸਾਲਾਂ ਦੇ ਵਿੱਚ ਜਿਹੜਾ ਹੈ ਦੋ ਸੂਬਿਆਂ ਦੇ ਵਿੱਚ ਸਾਡੀ ਸਰਕਾਰ ਹੈ। ਅੱਜ ਉਸ ਸ਼ਖਸ ਦੇ ਘਰੇ ਇਸ ਵਕਤ ED ਦੇ ਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੀ ਇੰਨੀ ਜ਼ਿਆਦਾ ਫੋਰਸ ਲਗਾਈ ਗਈ ਹੈ, ਇਹ ਸਾਫ਼ ਦਰਸਾਉਂਦਾ। ਤੇ ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ, ਸੰਜੇ ਸਿੰਘ, ਸਤਿੰਦਰ ਜੈਨ ਜੀ, ਇਹ ਸਾਫ਼ ਦਿਖਾਉਂਦਾ ਕਿਉਂ ਰਾਹੁਲ ਗਾਂਧੀ ਦੀ ਸਿਹਤ ਦੇ ਲਈ BJP ਯੱਗੇ ਤੱਕ ਕਰਾਉਂਦੀ ਹੈ ਕਿ ਕਿਤੇ ਉਹਨਾਂ ਨੂੰ ਕੁਛ ਹੋ ਨਾ ਜਾਵੇ। ਕਿਉਂ ਰਾਹੁਲ ਗਾਂਧੀ ਦੀ ਲੋੜ ਹੈ BJP ਨੂੰ? ਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਮੁਕਾਬਲਾ ਰਾਹੁਲ ਗਾਂਧੀ ਨਾਲ ਹੈ ਉਦੋਂ ਤੱਕ ਬੜੇ ਸੁਰੱਖਿਅਤ ਨੇ, ਪਰ ਡਰ ਹੈ ਅਰਵਿੰਦ ਕੇਜਰੀਵਾਲ ਤੋਂ, ਡਰ ਹੈ ਆਮ ਆਦਮੀ ਪਾਰਟੀ ਤੋਂ, ਡਰ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਤੋਂ। ਇਸ ਕਰਕੇ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਕੁਚਲ ਦਿਓ। ਪਰ ਮੈਂ ਤੁਹਾਨੂੰ ਇਹ ਦੱਸ ਦਵਾਂ, ਕੋਈ ਵੀ ਜੇਲ੍ਹ ਇਸ ਪਾਰਟੀ ਨੂੰ ਖਤਮ ਨਹੀਂ ਕਰ ਸਕਦੀ। ਅਰਵਿੰਦ ਕੇਜਰੀਵਾਲ ਇੱਕ ਇਨਸਾਨ ਨਹੀਂ, ਉਹ ਹੁਣ ਇੱਕ ਸੋਚ ਹੈ, ਤੇ ਇਹ ਸੋਚ ਜਿਹੜੀ ਹੈ ਉਹ ਫੈਲ ਚੁੱਕੀ ਹੈ ਪੂਰੇ ਦੇਸ਼ ਦੇ ਵਿੱਚ। ਤੁਸੀਂ ਕੋਈ ਵੀ ਕਿਸੇ ਵੀ ਤਰੀਕੇ ਨਾਲ ਇਸ ਇਨਕਲਾਬ ਨੂੰ ਨਹੀਂ ਰੋਕ ਸਕਦੇ।